ਪਟਿਆਲਾ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਦੇ ਵਿੱਚ ਪਏ ਮੋਟਰਸਾਈਕਲ, ਸਕੂਟਰ ਅਤੇ ਹੋਰ ਵਾਹਨ ਅੱਜ ਪੁਲਿਸ ਵੱਲੋਂ ਉਹਨਾਂ ਦੇ ਮਾਲਕਾਂ ਨੂੰ ਸੌਂਪੇ ਗਏ ਨੇ। ਪੁਲਿਸ ਵੱਲੋਂ 5 ਕਰੋੜ ਰੁਪਏ ਦੇ ਕਰੀਬ 200 ਵਾਹਨ ਲੋਕਾਂ ਨੂੰ ਸੌਂਪੇ ਗਏ। ਇਸ ਮੌਕੇ ਉੱਤੇ ਬੋਲਦਿਆਂ ਪਟਿਆਲਾ ਦੇ SSP ਡਾਕਟਰ ਨਾਨਕ ਸਿੰਘ IPS ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੇ ਥਾਣਿਆਂ ਦੇ ਵਿੱਚ ਵੱਖ-ਵੱਖ ਕੇਸਾਂ ਅਧੀਨ ਬੰਦ ਪਏ ਮੋਟਰਸਾਈਕਲ, ਸਕੂਟਰ, ਵਾਹਨ ਆਦਿ ਨੂੰ ਅੱਜ ਮਾਨਯੋਗ ਅਧਿਕਾਰੀਆਂ ਦੇ ਹੁਕਮਾਂ ਤੋਂ ਬਾਅਦ ਉਹਨਾਂ ਦੇ ਮਾਲਕਾਂ ਨੂੰ ਸੌਂਪਿਆ ਜਾ ਰਿਹਾ। ਅਦਾਲਤ ਨੇ ਦੱਸਿਆ ਕਿ 5 ਕਰੋੜ ਦੇ ਕਰੀਬ 200 ਵਾਹਨ ਜ਼ਬਤ ਕੀਤੇ ਗਏ ਨੇ। SSP ਨੇ ਦੱਸਿਆ ਕਿ ਅਸੀਂ ਹੋਰ ਕੇਸਾਂ ਦੇ ਵਿੱਚ ਬੰਦ ਪਏ ਡਿਵੈਲਪਮੈਂਟ ਦੇ ਮਾਲਕਾਂ ਨਾਲ ਵੀ ਸੰਪਰਕ ਕਰ ਰਹੇ ਹਾਂ ਤਾਂ ਜੋ ਉਹ ਆਪਣੇ ਕੇਸਾਂ ਸੰਬੰਧੀ ਆ ਕੇ ਸਾਨੂੰ ਮਿਲ ਸਕਣ। ਪੰਜਾਬ ਦੇ DIG ਪਟਿਆਲਾ ਰੇਂਜ ਉਹਨਾਂ ਦੀਆਂ ਡਾਇਰੈਕਸ਼ਨਸ ਦੇ ਅਕੋਰਡਿੰਗਲੀ ਅਸੀਂ ਇਹ ਸਟੈਪ ਲਿੱਤਾ ਹੈ ਕਿ ਜਿਹੜੇ ਕੇਸ ਪ੍ਰੋਪਰਟੀ ਪਈ ਹੈ ਸਾਡੇ ਥਾਣਿਆਂ 'ਚ, ਉਹ ਤੁਸੀਂ ਵੀ ਦੇਖਿਆ ਹੋਊਗਾ ਕਿ ਕਾਫੀ ਜਗ੍ਹਾ ਉਹ ਘੇਰਦੇ ਨੇ, ਕਾਫੀ ਵੀ ਸਾਡੇ ਕੋਲ ਵਹੀਕਲਸ ਪਏ ਨੇ, ਅਲੱਗ ਅਲੱਗ ਕੇਸਿਸ 'ਚ ਕਾਫੀ ਪੁਰਾਣੇ ਪਏ ਨੇ। ਸੋ ਉਹਨਾਂ ਵਿੱਚ ਅਸੀਂ ਆਰਡਰ ਹਾਸਲ ਕਰਕੇ ਜਿਹੜੇ ਜੁਡੀਸ਼ਰੀ ਤੋਂ ਆਰਡਰ ਬਣਦੇ ਸੀਗੇ ਉਹ 200 ਵਹੀਕਲ ਅੱਜ ਅਸੀਂ ਜਿਹੜੇ ਉਹਨਾਂ ਦੇ ਓਨਰਸ ਨੇ ਉਹਨਾਂ ਨੂੰ ਹੈਂਡਓਵਰ ਕਰ ਰਹੇ ਹਾਂ। ਇਹ ਜਿਹੜੇ 200 ਵਹੀਕਲਸ ਨੇ ਇਹਨਾਂ ਦੀ ਟੋਟਲ ਵੈਲੂਏਸ਼ਨ ਜਿਹੜੀ ਹੈ ਉਹ 5 ਕਰੋੜ ਦੇ ਨੇੜੇ। ਸੋ ਇਹਦੇ 'ਚ ਇਨ ਫਿਊਚਰ ਵੀ ਅਸੀਂ ਇਹਨਾਂ ਨੂੰ ਹੈਂਡਓਵਰ ਕਰਾਂਗੇ। 550 ਦੇ ਅਰਾਊਂਡ ਵਹੀਕਲਸ ਹੋਰ ਨੇ ਜਿਹਨਾਂ ਨੂੰ ਅਸੀਂ ਹੈਂਡਓਵਰ ਕਰਨ ਜਾ ਰਹੇ ਹਾਂ। ਸੋ ਇਹਦੇ 'ਚ ਸਪੈਸ਼ਲ ਐਫਰਟ ਜਿਹੜਾ ਸਾਡੀ ਟੀਮ ਵੱਲੋਂ ਕੀਤਾ ਗਿਆ, SP ਸਪੈਸ਼ਲ ਬ੍ਰਾਂਚ ਨੇ, DSP ਹੈੱਡਕੁਆਰਟਰ ਨੇ, DSP NDPS ਨੇ ਅਤੇ ਇਹਨਾਂ ਦੀਆਂ ਟੀਮਸ ਨੇ, DSP ਜਿਹੜੀਆਂ ਕੰਸਰਨ ਸਬ ਡਿਵੀਜ਼ਨਸ ਦੇ ਨੇ ਉਹਨਾਂ ਨੇ ਆਰਡਰਸ ਵਗੈਰਾ ਹਾਸਲ ਕੀਤੇ ਨੇ। ਸੋ ਇਟਸ ਅ ਕਲੈਕਟਿਵ ਐਫਰਟ, ਸਾਰੀ ਟੀਮ ਨੇ ਬੜਾ ਵਧੀਆ ਕੰਮ ਕੀਤਾ, ਤੁਸੀਂ ਦੇਖ ਸਕਦੇ ਹੋ ਇੱਥੇ ਓਨਰਸ ਵੀ ਬੈਠੇ ਹੋਏ ਨੇ। ਸੋ ਉਹਨਾਂ ਨੂੰ ਕਾਫੀ ਦੇਰ ਬਾਅਦ ਆਪਣੇ ਵਹੀਕਲਸ ਦੀ ਮਿਲਣੀ ਹੈ ਪੋਜੀਸ਼ਨ ਉਹਦਾ ਐਜ਼ ਪਰ ਕੋਰਟ ਆਰਡਰ। ਸੋ ਜਿਵੇਂ ਮੈਂ ਪਹਿਲਾਂ ਦੱਸਿਆ ਅੱਗੇ ਵੀ ਕੰਟੀਨਿਊ ਰਹੂਗਾ, ਸਾਡੀ ਕੋਸ਼ਿਸ਼ ਹੈ ਕਿ ਜਿਹੜੇ ਸਾਡੇ ਮਾਲਕਾਂ ਨੇ ਪੁਲਿਸ ਦੇ ਉਹਨਾਂ ਨੂੰ ਅਸੀਂ ਟੋਟਲੀ ਖਾਲੀ ਕਰ ਸਕੀਏ, ਜਿਹੜੇ ਜਿਹੜੇ ਵਹੀਕਲਸ ਦੇਣ ਵਾਲੇ ਨੇ ਉਹਨਾਂ ਦੇ ਐਕਚੁਅਲ ਓਨਰਸ ਨੂੰ ਜਲਦੀ ਤੋਂ ਜਲਦੀ ਪ੍ਰੋਵਾਈਡ ਕੀਤੇ। ਇਹ 200 ਵਹੀਕਲ ਨੇ ਜੀ, ਅਲੱਗ ਅਲੱਗ ਕੇਸਿਸ ਨੇ, ਕੁਛ NDPS ਦੇ ਕੇਸਿਸ ਨੇ, ਕੁਛ IPC ਦੇ ਕੇਸਿਸ ਹੈ, ਕੁਛ ਲੋਕਲ ਐਂਡ ਸਪੈਸ਼ਲ ਲਾਅ ਦੇ ਕੇਸਿਸ ਨੇ। ਸੋ ਇਹਨੂੰ ਇੱਕ ਕੈਟੇਗਰੀ 'ਚ ਨਹੀਂ ਆਪਾਂ ਰੱਖ ਸਕਦੇ, ਸਾਰੇ ਅਲੱਗ ਅਲੱਗ ਕੈਟੇਗਰੀ ਦੇ ਕੇਸਿਸ। ਇਹ 5 ਸਾਲ ਵੀ ਪੁਰਾਣੇ ਹੈਗੇ, ਕਈ 2 ਸਾਲ ਪੁਰਾਣੇ ਹੈ, ਕਈ ਸਾਲ ਪੁਰਾਣੇ ਹੈ, ਕਈ 2-3 ਮਹੀਨੇ ਪੁਰਾਣੇ। ਸੋ ਕਈ ਜਿਹੜੇ ਡਿਸਾਈਡਿਡ ਕੇਸਿਸ ਆ ਉਹਨਾਂ ਵਿੱਚ ਹੀ ਅਸੀਂ ਇਹ ਕਰ ਰਹੇ ਹਾਂ। ਅਸੀਂ ਇੱਕ ਸਪੈਸ਼ਲ ਸੈੱਲ ਵੀ ਬਣਾਇਆ, ਤੋ ਉਹਦੇ 'ਚ ਮੇਰੀ ਹੁਣੇ ਆਉਂਦੇ ਹੋਏ ਅੰਦਰ ਹੀ ਗੱਲ ਹੋ ਰਹੀ ਸੀ। ਸੋ ਉਹਦੇ 'ਚ ਅਸੀਂ ਕੇਸਿਸ ਤਿਆਰ ਕਰ ਰਹੇ ਹਾਂ। ਸਾਡਾ ਜਿਹੜਾ ਪਟਿਆਲਾ ਪੁਲਿਸ ਦਾ ਪੇਸ ਹੈ ਉਹਨੂੰ ਅਸੀਂ ਹੋਰ ਇਨਕਰੀਜ਼ ਕਰਾਂਗੇ, ਜਿਹੜੀ ਪ੍ਰੋਪਰਟੀ ਅਟੈਚਮੈਂਟ ਹੈ। ਸੋ ਤੁਹਾਨੂੰ ਅਗਲੇ ਮਹੀਨੇ 1.5 ਮਹੀਨੇ 'ਚ ਉਹਦਾ ਰਿਜ਼ਲਟ ਦਿਸਣੇ ਸ਼ੁਰੂ ਹੋ ਜਾਣਾ। ਇਹ ਸਾਡੇ ਵੱਲੋਂ ਹੀ ਇਨੀਸ਼ੀਏਟਿਵ ਦਿੱਤਾ ਗਿਆ, ਜਿਹੜੀ ਟੀਮ ਦਾ ਮੈਂ ਤੁਹਾਨੂੰ ਨਾਮ ਦੱਸਿਆ, SP ਸਪੈਸ਼ਲ ਬ੍ਰਾਂਚ ਨੇ, DSP ਹੈੱਡਕੁਆਰਟਰ ਨੇ, DSP NDPS ਨੇ। ਸੋ ਇਹਦੇ ਵਾਸਤੇ ਹੀ ਕਰ ਰਹੇ ਕੋਸ਼ਿਸ਼ ਕਿ ਜਿਹੜੇ ਆਪਣੇ ਮਾਲਕਾਂ ਨੇ ਸਮਾਨ ਸਮੂਨ ਪਿਆ ਉਹ ਅਸੀਂ ਓਨਰਸ ਨੂੰ ਕੰਟੈਕਟ ਕਰਕੇ ਦੱਸੀਏ ਜੀ ਕਿ ਤੁਹਾਡੇ ਕੇਸ ਦਾ ਜਿਹੜਾ ਉਹ ਅਸੀਂ ਤੁਹਾਨੂੰ ਵਾਪਸ ਕਰ ਸਕਦੇ ਹਾਂ, ਤੁਸੀਂ ਆ ਕੇ ਲੈ ਲਓ, ਰਾਦਰ ਦੈਨ ਅਦਰ ਵੇ ਅਰਾਊਂਡ ਕਿ ਓਨਰ ਆਪਣੇ ਆਪ ਕੋਸ਼ਿਸ਼ ਕਰੇ ਕਿ ਉਹਨੂੰ ਵਹੀਕਲ ਮਿਲ ਜਾਵੇ। ਹਾਂ, ਜਿਹੜੇ ਅਸੀਂ ਵਾਪਸ ਕਰ ਰਹੇ ਸਾਰੇ।